ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਨਿਮਾਣਾ ਮੱਲੀ। ਤਾਂ ਦੋਸਤੋ, ਕਿਸਾਨ ਵੀਰਾਂ ਵਾਸਤੇ ਬਹੁਤ ਹੀ ਬੈਡ ਨਿਊਜ਼ ਆ। ਬੈਡ ਨਿਊਜ਼ ਇਹ ਵੀ ਰਾਤ ਦੀਆਂ ਖਬਰਾਂ ਵਿੱਚ ਦੱਸ ਕੇ ਗਏ ਨੇ ਵੀ ਜਿਨ੍ਹਾਂ ਵੀ ਵੀਰਾਂ ਨੇ ਅੱਗ ਲਾਈ ਆ ਉਹਨਾਂ ਵੀਰਾਂ ਨੂੰ 6,080 ਰੁਪਏ ਜੁਰਮਾਨਾ। ਆਪਾਂ ਤਾਂ ਇਸ ਵਾਰ ਲਾਈ ਨਹੀਂ, ਪਰ ਜਿਨ੍ਹਾਂ ਵੀ ਵੀਰਾਂ ਨੇ ਅੱਗ ਲਾਈ ਆ, 1 ਕਿੱਲੇ ਦਾ ਜੁਰਮਾਨਾ 6,080 ਰੁਪਏ ਸਰਕਾਰ ਨੇ ਤੈਅ ਕੀਤਾ। ਠੀਕ ਹੈ ਜੀ। ਅਤੇ ਸਰਕਾਰ ਮੁਤਾਬਕ ਇਹ ਜੁਰਮਾਨਾ ਜਾਂ ਤਾਂ ਤੁਹਾਨੂੰ ਨੋਟਿਸ ਦੁਆਰਾ ਆ ਸਕਦਾ। ਕੋਈ ਸੱਜਣ ਵੀ ਇਹ ਗੱਲ ਕਹਿ ਰਹੇ ਆ ਵੀ ਇਹ ਜੁਰਮਾਨਾ ਤੁਹਾਡੇ ਜਿਵੇਂ ਕਿ ਤੁਹਾਡੀ ਪੇਮੈਂਟ ਆਉਂਦੀ ਆ ਫਸਲ ਦੀ, ਤਾਂ ਤੁਹਾਡੇ ਖਾਤੇ ਵਿੱਚੋਂ ਵੀ ਕੱਟਿਆ ਜਾ ਸਕਦਾ। ਜੇਕਰ ਤੁਸੀਂ ਤੁਹਾਡਾ ਨੋਟ ਕੀਤਾ, ਜੇਕਰ ਕਿਸੇ ਆਪਣੇ ਸਰਕਾਰੀ ਅਫਸਰ ਨੇ ਆਣ ਕੇ ਤੁਹਾਡਾ ਅੱਗ ਲੱਗੀ ਦਾ ਨੋਟ ਕੀਤਾ ਹੋਇਆ, ਤਾਂ ਤੁਹਾਨੂੰ ਜੁਰਮਾਨਾ ਆ ਸਕਦਾ 6,080 ਰੁਪਏ। ਤਾਂ ਦੋਸਤੋ, ਤੁਸੀਂ ਇਸ ਜੁਰਮਾਨੇ ਤੋਂ ਬਚਣਾ ਕਿਵੇਂ ਆ? ਸਭ ਤੋਂ ਪਹਿਲਾਂ ਹੱਲ ਤਾਂ ਹੈਗਾ ਜੀ ਧਰਨਾ। ਸਰਕਾਰ ਅੱਗੇ ਪਿੱਟੋ, ਧਰਨਾ ਲਾਓ, ਉਹਨਾਂ ਨੂੰ ਕਹੋ ਵੀ ਸਾਡੇ ਤੋਂ ਪਰਾਲੀ ਦਾ ਹੱਲ ਨਹੀਂ ਹੁੰਦਾ। ਸੁਪਰ ਸੀਡਰ ਵੀ ਪਰਾਲੀ ਦਾ ਹੱਲ ਨਹੀਂ ਕਰ ਸਕਦਾ, ਕਿਉਂਕਿ ਜਿੱਥੇ ਵੀ ਪਰਾਲੀ ਦੱਬੀ ਰਹਿ ਜਾਂਦੀ ਆ, ਸੁਪਰ ਸੀਡਰ ਉੱਤੋਂ ਮਿੱਟੀ ਪਾ ਕੇ ਟੱਪ ਜਾਂਦਾ, ਪਰ ਜਦੋਂ ਪਾਣੀ ਲਾਈ ਦਾ ਨਾ ਪਹਿਲਾਂ, ਤਾਂ ਉਹ ਗਿੱਲ ਪਰਾਲੀ ਨਹੀਂ ਜਾਣ ਦਿੰਦੀ, ਉੱਥੇ ਕਣਕ ਨਹੀਂ ਹੁੰਦੀ, ਕਣਕ ਪੀਲੀ ਪੈ ਜਾਂਦੀ ਹੈ। ਠੀਕ ਹੈ। ਦੂਜਾ ਹੱਲ ਇਹ ਹੈਗਾ ਵੀ ਜਿਹੜੇ ਵੀ ਜ਼ਿਮੀਂਦਾਰ ਨੂੰ ਜੁਰਮਾਨਾ ਪਿਆ ਜਾਂ ਜਿੰਨੇ ਵੀ ਅੱਗ ਲਾਈ ਆ, ਜਿਹਦੇ ਵੀ ਨਾਂ 'ਤੇ ਪੈਲੀ ਆ, ਉਸਦੇ ਖਾਤੇ ਵਿੱਚ 1 ਰੁਪਈਆ ਨਾ ਰਹਿਣ ਦਿਉ। ਜੋ ਵੀ ਪੈਸੇ ਆਉਂਦੇ ਆ ਉਹ ਤੁਸੀਂ ਨਾਲ ਦੀ ਨਾਲ ਕਢਾ ਲਓ, ਤਾਂ ਜੋ ਤੁਸੀਂ ਜੁਰਮਾਨੇ ਤੋਂ ਬਚ ਸਕੋ। ਇਹੀ ਹੱਲ ਆ। ਅਤੇ ਤੀਜਾ ਹੱਲ ਤੁਹਾਨੂੰ ਪਤਾ ਵੀ ਹੈ ਨਹੀਂ ਗਾ। ਤੀਜਾ ਹੱਲ ਉਹਨਾਂ ਨੇ ਇਹ ਕਰਨਾ ਵੀ ਤੁਹਾਨੂੰ ਨੋਟਿਸ ਭੇਜ ਦੇਣਾ ਜਾਂ ਤੁਹਾਨੂੰ ਜੁਰਮਾਨਾ ਭੇਜ ਦੇਣਾ ਵੀ ਭਾਈ ਇੰਨਾ ਜੁਰਮਾਨਾ ਭਰੋ, ਨਹੀਂ ਤਾਂ ਤੁਹਾਨੂੰ ਜਿਹੜੀਆਂ ਜੋ ਵੀ ਬੰਦੇ 2,000 ਰੁਪਈਆ ਪ੍ਰਤੀ ਮਹੀਨਾ ਲੈ ਰਹੇ ਨੇ ਉਹਨਾਂ ਦੀ ਉਹ ਰਾਸ਼ੀ ਬੰਦ ਹੋ ਸਕਦੀ ਆ, ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਈ ਹੈ। ਹਜੇ ਤੱਕ ਤਾਂ ਕਿਸੇ ਦੀ ਨਹੀਂ ਹੋਈ, ਲੇਕਿਨ ਆਉਣ ਵਾਲੇ ਟਾਈਮ ਵਿੱਚ ਜਾਂ ਤਾਂ ਸੁਸਾਇਟੀ ਦੇ ਰਾਹੀਂ ਆਪਦੇ ਤੁਹਾਡੇ ਪੈਸੇ ਕੱਟੇ ਜਾਣਗੇ, ਜਾਂ ਤੁਹਾਡੀ 2,000 ਦੀ ਰਾਸ਼ੀ ਬੰਦ ਕੀਤੀ ਜਾਊਗੀ, ਅਤੇ ਜਾਂ ਤੁਹਾਡੇ ਜਿਵੇਂ ਵੀ ਫਸਲ ਦੇ ਪੈਸੇ ਆਉਂਦੇ ਆ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਜਾ ਸਕਦੇ ਆ ਜਿਨ੍ਹਾਂ ਵੀਰਾਂ ਨੇ ਵੀ ਅੱਗ ਲਾਈ। ਇਹ ਬੈਡ ਨਿਊਜ਼ ਆ। ਇਹ ਰਾਤ ਦੀਆਂ ਖਬਰਾਂ 'ਚ ਮੈਨੂੰ ਪਤਾ ਲੱਗਿਆ, ਮੈਂ ਸੋਚਿਆ ਵੀ ਦੋਸਤ ਮਿੱਤਰਾਂ ਨਾਲ ਸਾਂਝਾ ਕੀਤਾ ਜਾਵੇ। ਤਾਂ ਤੁਸੀਂ ਜਿਨ੍ਹਾਂ ਵੀਰਾਂ ਨੇ ਅੱਗ ਲਾਈ ਆ ਜਾਂ ਜਿਨ੍ਹਾਂ ਨੇ ਵੀ ਅਫਸਰਾਂ ਜਿਨ੍ਹਾਂ ਦੇ ਵਾਹਣ ਜਾ ਕੇ ਅਫਸਰਾਂ ਨੇ ਨੋਟ ਕੀਤੇ ਹੋਏ ਆ ਵੀ ਅੱਗ ਲੱਗੀ, ਉਹ ਇਸ ਗੱਲ ਤੋਂ ਸੁਚੇਤ ਰਹਿਣ।